ਹੁਣ ਇਸ ਵੇਲੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਲਈ ਦੁਆ ਕਰੀਏ। ਮੇਰੇ ਨਾਲ ਮੇਰੀ ਟੀਮ ਹੈ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ। ਔਰ ਮੈਂ ਚਾਹੁੰਦਾ ਹਾਂ ਤੁਸੀਂ ਆਪਣੇ ਆਪਣੇ ਸਥਾਨਾਂ ਦੇ ਵਿੱਚ ਆਪਣੀ ਪ੍ਰਾਰਥਨਾ ਦੀ ਹਾਲਤ ਵਿੱਚ ਆ ਜਾਈਏ ਔਰ ਸਭ ਪ੍ਰਾਰਥਨਾ ਕਰੀਏ। ਜੋ ਅਸੀਂ ਜਾਣੇ ਅਣਜਾਣੇ ਵਿੱਚ ਵੀ ਗੁਨਾਹ ਕੀਤੇ ਹਨ ਉਹਨਾਂ ਲਈ ਤੌਬਾ ਕਰੀਏ, ਪਛਤਾਪ ਕਰੀਏ, ਸੁੱਖ ਦੇ ਦਿਨ ਸਵਰਗ ਤੋਂ ਆਉਣਗੇ। ਆਈਏ ਸਭ ਦੁਆ ਕਰੀਏ। ਸਰਬ ਸ਼ਕਤੀਮਾਨ ਪਰਮੇਸ਼ਵਰ, ਤੇਰੇ ਨਾਮ ਦੀ ਤਾਰੀਫ ਮੇਰੇ ਜੀਵਤ ਮਹਾਨ ਪਰਮੇਸ਼ਵਰ ਪਿਤਾ, ਖੁਦਾਵਨ ਇਹ ਜਿਹੜੀ ਵੱਡੀ ਵਿਪਤੀ ਘਾਤਕ ਮਰੀ ਜਿਹੜੀ ਪ੍ਰਭੂ ਜੀ ਸਾਰੀ ਦੁਨੀਆ ਦੇ ਉੱਤੇ ਫੈਲ ਗਈ ਹੈ ਪ੍ਰਭੂ ਜੀ, ਜਿਹਦੇ ਨਾਲ ਸਾਰੇ ਦੇਸ਼ ਬੜੀ ਚਿੰਤਾ ਬੜੀ ਦੁਬਿਧਾ ਵਿੱਚ ਫਸੇ ਹੋਏ ਨੇ ਔਰ ਇਸ ਬਿਮਾਰੀ ਦਾ ਕਿਸੇ ਦੇ ਕੋਲ ਵੀ ਕੋਈ ਇਲਾਜ ਨਹੀਂ। ਪਰ ਪ੍ਰਭੂ ਜੀ ਤੁਹਾਡਾ ਵਚਨ ਦੱਸਦਾ ਆ ਇਹਦਾ ਇਲਾਜ ਹੈ, ਜਦੋਂ ਲੋਕ ਆਪਣੇ ਪਾਪਾਂ ਤੋਂ ਤੌਬਾ ਕਰਨਗੇ, ਪਛਤਾਪ ਕਰਨਗੇ, ਪ੍ਰਾਸ਼ਚਿਤ ਕਰਨਗੇ, ਪ੍ਰਭੂ ਤੇਰੀ ਹਜ਼ੂਰੀ ਤੋਂ ਐਸੀ ਸਮਰਥ ਆਵੇਗੀ ਜਿਹੜੀ ਸਾਰੀ ਘਾਤਕ ਮਰੀ ਨੂੰ ਰੋਕ ਦੇਵੇ। ਆਮੇਨ, ਹਾਲੇਲੂਇਆ। ਤੇਰਾ ਹੱਥ ਪ੍ਰਭੂ ਜੀ ਨਾਲ ਤਾਰੀਫ ਸਾਰੇ ਦੇਸ਼ਾਂ ਦੇ ਉੱਤੇ, ਆਲ ਨੇਸ਼ਨ ਦੇ ਉੱਤੇ, ਜੀਸਸ ਨੇ ਇੰਡੀਆ ਦੇ ਉੱਤੇ ਤਾਰੀਫ, ਚਾਈਨਾ ਦੇ ਉੱਤੇ, ਅਲੱਗ ਅਲੱਗ ਦੇਸ਼ਾਂ ਦੇ ਉੱਤੇ ਹੈ ਪਿਤਾ ਪਰਮੇਸ਼ਵਰ। ਔਰ ਪ੍ਰਭੂ ਜਿੰਨੇ ਬਿਮਾਰ ਲੋਕ ਨੇ, ਮਾਫ ਕਰੇ ਮੇਰੇ ਪਿਤਾ, ਪ੍ਰਾਰਥਨਾ ਹੈ ਪ੍ਰਭੂ ਜੀ, ਚੰਗਾਈ ਦੇ ਪਿਤਾ, ਉਹਨਾਂ ਦੇ ਉੱਤੇ ਫਜ਼ਲ ਕਰ, ਜੋ ਲੋਕ ਆਪਣੇ ਪਰਿਵਾਰਾਂ ਦੇ ਨਾਲ ਵਿਛੋੜਾ ਕਰ ਗਏ ਨੇ ਉਹਨਾਂ ਨੂੰ ਵੱਡੀ ਤਸੱਲੀ ਮਿਲੇ। ਔਰ ਜੋ ਡਾਕਟਰ ਸਾਇੰਟਿਸਟ ਇਸ ਘਾਤਕ ਮਰੀ ਦਾ ਇਲਾਜ ਲੱਭ ਰਹੇ ਨੇ, ਖੁਦਾਵੰਦ ਇਹਦਾ ਇਲਾਜ ਤੇਰੀ ਹਜ਼ੂਰੀ ਤੋਂ ਤੇਰੀ ਮਹਿਮਾ ਨਾਲ ਆਵੇ। ਖੁਦਾਇਆ ਬਖਸ਼, ਤੂੰ ਪ੍ਰਭੂ ਦਇਆ ਕਰ, ਦਇਆ ਕਰੇ ਮੇਰੇ ਪਰਮੇਸ਼ਰ। ਜਿਹਨੇ ਲੋਕ ਇਸ ਪ੍ਰਾਰਥਨਾ ਨੂੰ ਆਨਲਾਈਨ ਸੁਣ ਰਹੇ ਨੇ, ਆਪਣੇ ਘਰਾਂ ਵਿੱਚ ਬੈਠੇ, ਯੂਟਿਊਬ ਦੇ ਮਾਧਿਅਮ ਦੇ ਨਾਲ, ਫੇਸਬੁੱਕ ਦੇ ਮਾਧਿਅਮ ਦੇ ਨਾਲ, ਔਰ ਖੁਦਾਵੰਦ ਮੈਂ ਵਿਸ਼ਵਾਸ ਕਰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਇਸ ਪ੍ਰਾਰਥਨਾ ਦੇ ਜ਼ਰੀਏ, ਜਿੰਨੇ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ, ਆਪ ਦੀ ਸਮਰਥ ਨਾਲ ਪਰਜਣ ਪ੍ਰਭੂ ਜੀ, ਤੁਹਾਡਾ ਜਲਾਲ ਇਹਨਾਂ ਨੂੰ ਛੂਏ। ਔਰ ਮੇਰੇ ਪਰਮੇਸ਼ਵਰ, ਇਸ ਘਾਤਕ ਮਰੀ ਤੋਂ ਛੁਟਕਾਰਾ ਇਹਨਾਂ ਨੂੰ ਮਿਲੇ, ਜੋ ਸੰਕ੍ਰਮਿਤ ਨੇ, ਜਿਨ੍ਹਾਂ ਦੇ ਉੱਤੇ ਇਹ ਵਾਇਰਸ ਕੰਮ ਕਰ ਰਿਹਾ ਹੈ, ਖੁਦਾਵੰਦ ਯਸੂ ਦੇ ਨਾਮ 'ਚ ਇਹ ਸੰਕ੍ਰਮਿਤ ਜਾਂਦਾ ਰਹੇ, ਇਹ ਬਿਮਾਰੀ ਜਾਂਦੀ ਰਹੇ, ਇਹ ਘਾਤਕ ਮਰੀ ਜਾਂਦੀ ਰਹੇ ਪ੍ਰਭੂ ਜੀ। ਮੇਰੇ ਪਰਮੇਸ਼ਵਰ, ਮੈਂ ਤੇਰਾ ਦਾਸ ਤੇਰੇ ਕਦਮਾਂ ਚੁੱਕਦਾ ਹਾਂ ਪ੍ਰਭੂ ਜੀ, ਦਇਆ ਕਰ ਪ੍ਰਭੂ, ਖੁਦਾਵੰਦ ਦਇਆ ਕਰ, ਸ਼ਮਾ ਕਰ ਪ੍ਰਭੂ ਜੀ, ਜੋ ਜਾਣੇ ਅਣਜਾਣੇ ਵਿੱਚ ਲੋਕ ਆਪਦੇ ਕ੍ਰੋਧ ਨੂੰ ਭੜਕਾ ਰਹੇ ਨੇ, ਗੁਨਾਹਾਂ ਦੇ ਵਿੱਚ ਵੱਧ ਰਹੇ ਨੇ, ਪਾਪ ਵਿੱਚ ਵੱਧ ਰਹੇ ਨੇ, ਅੰਧਕਾਰ ਵਿੱਚ ਵੱਧ ਰਹੇ ਨੇ, ਨਸ਼ੇਬਾਜ਼ੀਆਂ ਵਿੱਚ ਵੱਧ ਰਹੇ ਨੇ, ਲੜਾਈਆਂ ਝਗੜਿਆਂ ਵਿੱਚ ਵੱਧ ਰਹੇ ਨੇ, ਲਾਲਚ ਵਿੱਚ ਵੱਧ ਰਹੇ ਨੇ, ਅਭਿਲਾਸ਼ਾਵਾਂ ਵਿੱਚ ਵੱਧ ਰਹੇ ਨੇ। ਆਏ ਖੁਦਾਵੰਦ, ਦਇਆ ਕਰ ਪ੍ਰਭੂ, ਤਰਸ ਕਰ ਪ੍ਰਭੂ, ਇੱਕ ਹੋਰ ਮੌਕਾ ਦੇ ਪ੍ਰਭੂ ਜੀ, ਇੱਕ ਵਾਰ ਫਿਰ ਮੌਕਾ ਦੇ ਪ੍ਰਭੂ ਜੀ, ਆਪਣੇ ਰਾਹਾਂ ਨੂੰ ਪਰਖਣ, ਮੁੜੇ ਆਉਣ ਪ੍ਰਭੂ ਜੀ, ਤਾਂ ਕਿ ਸਵਰਗ ਤੋਂ ਸੁੱਖ ਦੇ ਦਿਨ ਆਉਣ ਪ੍ਰਭੂ। ਦਇਆ ਕਰ ਖੁਦਾਇਆ, ਦਇਆ ਕਰੇ ਪ੍ਰਭੂ। ਔਰ ਪਿਤਾ ਪਰਮੇਸ਼ਵਰ, ਮੇਰੀ ਪ੍ਰਾਰਥਨਾ ਹੈ, ਜਿਹਨੇ ਲੋਕ ਆਪਦੇ ਪਾਕ ਪਵਿੱਤਰ ਭਵਨ ਵਿੱਚ ਨਹੀਂ ਆ ਸਕੇ, ਜਿਹਨੇ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਪ੍ਰਾਰਥਨਾ ਕਰ ਰਹੇ ਨੇ, ਇਹ ਸਭ ਦੁਆਵਾਂ, ਇਹ ਸਭ ਪ੍ਰਾਰਥਨਾਵਾਂ ਸਵਰਗ ਵਿੱਚ ਹਾਂ ਔਰ ਆਮੀਨ ਸੁਣੀਆਂ ਜਾਣ। ਓ ਯੈਸ, ਔਰ ਖੁਦਾਵੰਦ, ਇਹਦਾ ਵੱਡਾ ਵੱਡਾ ਫਜ਼ਲ ਇਸ ਗੱਲ ਨਾਲ ਹੋਵੇ, ਇਹਦੀ ਵੱਡੀ ਆਸ਼ੀਸ਼ ਇਸ ਗੱਲ ਨਾਲ ਹੋਵੇ ਕਿ ਇਸ ਵਾਇਰਸ ਤੋਂ ਸਾਰੀ ਦੁਨੀਆਂ ਨੂੰ ਛੁਟਕਾਰਾ ਮਿਲ ਜਾਵੇ। ਆਮੀਨ। ਪ੍ਰਭੂ ਯੀਸ਼ੂ ਮਸੀਹ ਦੇ ਜੀਵਤ ਔਰ ਸਮਰਥੀ ਨਾਮ ਚ ਮੰਗਦੇ ਹਾਂ। ਆਮੀਨ, ਆਮੀਨ। ਗੋਡ ਬਲੈਸ ਯੂ।